ਸੋ ਗਾਇਸ ਵੈਲਕਮ ਬੈਕ ਟੂ ਅਨਦਰ ਵੀਡੀਓ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਚੀਜ਼ ਬਾਰੇ ਜਿਹੜੀ ਕਿ ਮੇਰੇ ਦਿਲਾਂ 'ਚ ਆਉਂਦੀ ਹੈ। ਠੀਕ, ਅੱਜ ਆਪਾਂ ਕਿਸੇ ਟੋਪਿਕ 'ਤੇ ਗੱਲ ਨਹੀਂ ਕਰਨ ਜਾ ਰਹੇ। ਅੱਜ ਮੈਨੂੰ ਕੈਨੇਡਾ ਆਏ ਨੂੰ ਬਾਈ 2 ਮਹੀਨੇ ਹੋ ਗਏ ਆ। ਠੀਕ, 2 ਮਹੀਨੇ ਤੋਂ ਜ਼ਿਆਦਾ ਹੀ ਹੋ ਗਏ ਆ। ਅਤੇ ਆਪਾਂ ਅੱਜ ਹੈਗਾ ਐਤਵਾਰ ਦਾ ਦਿਨ, 25 ਫਰਵਰੀ। ਤੁਸੀਂ ਪਤਾ ਨਹੀਂ ਵੀਡੀਓ ਕਦੋਂ ਦੇਖੋਗੇ, ਪਰ ਅੱਜ ਮੈਂ 23 ਫਰਵਰੀ ਨੂੰ, ਮੈਨੂੰ 2 ਮਹੀਨੇ ਹੋ ਗਏ ਕੈਨੇਡਾ ਆਏ ਨੂੰ। ਅਤੇ ਅੱਜ ਸੀਗਾ ਐਤਵਾਰ ਦਾ ਦਿਨ, ਗੁਰਦੁਆਰੇ ਜਾ ਕੇ ਆਏ, ਸੇਵਾ ਸੁਭਾ ਕਰਾ ਕੇ ਆਏ ਅਤੇ ਮੁੜ ਕੇ ਘਰ ਆਏ। ਅਤੇ ਫੇਰ ਮੈਨੂੰ ਲੱਗਿਆ, ਮੈਂ ਕਿਹਾ ਯਾਰ ਦਿਲਾਂ ਦੀ ਗੱਲਾਂ ਸ਼ੇਅਰ ਕਰਨ ਵਾਲੀ ਵੀਡੀਓ ਕਰਨੀ ਚਾਹੀਦੀ ਆ। ਠੀਕ, ਅਤੇ ਮੈਂ ਯਾਰ ਇਹੀ ਸੋਚ ਰਿਹਾ ਸੀ, ਮੈਂ ਕਿਹਾ ਯਾਰ ਆਪਾਂ ਕਿੰਨੇ ਜ਼ਿਆਦਾ ਬਦਲ ਗਏ ਨਾ ਜਦੋਂ ਆਪਾਂ ਇੰਡੀਆ ਤੋਂ ਇੱਥੇ ਆਏ। ਆਪਾਂ ਬਹੁਤ ਜ਼ਿਆਦਾ ਅਨਪੜ੍ਹ ਗਵਾਰ ਹੁੰਦੇ ਸੀਗੇ, ਇਮੈਚੋਰ ਹੁੰਦੇ ਸੀਗੇ, ਬਸ ਮੌਜ ਮਸਤੀ ਇਹੀ ਜ਼ਿੰਦਗੀ ਸੀ ਸਾਡੀ। ਹੁਣ ਤੁਹਾਡੇ 'ਚੋਂ ਕਈ ਸਮਝਦਾਰ ਬੰਦੇ ਕਹੂਗੇ ਐਵੇਂ ਹੀ ਐਵੇਂ ਗੱਪਾਂ ਮਾਰੀ ਜਾਂਦਾ, ਇਹਦੀ ਜ਼ਿੰਦਗੀ ਇੱਦਾਂ ਦੀ ਹੋਣੀ ਆ। ਆਪਾਂ ਤਾਂ ਹੁਣ ਵੀ ਮਿਹਨਤ ਕਰਦੇ ਹਾਂ ਬਾਈ, ਮਿਹਨਤ ਹਰ ਕੋਈ ਕਰਦਾ ਸੀ ਇੰਡੀਆ ਵਿੱਚ, ਪਰ ਇੰਡੀਆ ਦੇ ਲੈਵਲ ਦੀ ਮਿਹਨਤ ਹੋਰ ਸੀ, ਇੱਥੇ ਹੋਰ ਹੈ। ਆਪਾਂ ਵੀ ਕਰਦੇ ਸੀ, ਆਪਾਂ ਇਹ ਸੋਚਦੇ ਸੀ ਕਿ ਜਦੋਂ ਮੈਂ ਵੀਡੀਓ ਦੇਖਦਾ ਸੀ ਨਾ, ਮੈਂ ਵੀ ਸੋਚਦਾ ਸੀ ਇਹਨੂੰ ਕੰਮ ਨਹੀਂ ਮਿਲਿਆ, ਇਹ ਬੰਦੇ ਨੇ ਟ੍ਰਾਈ ਨਹੀਂ ਕੀਤਾ ਹੋਣਾ, ਇਹਦੇ ਨੰਬਰ ਨਹੀਂ ਆਉਂਦੇ, ਇਹਨੇ ਪੜਿਆ ਨਹੀਂ ਹੋਣਾ। ਪਰ ਇੱਦਾਂ ਨਹੀਂ ਹੁੰਦਾ ਬਾਈ, ਇੱਦਾਂ ਕਿਸੇ ਨੂੰ ਪਹਿਲਾਂ ਮਾੜਾ ਕਹਿਣ ਤੋਂ ਪਹਿਲਾਂ ਪਹਿਲਾਂ ਸੋਚ ਲਿਆ ਕਰੋ, ਠੀਕ ਹੈ ਨਾ। ਅਤੇ ਮੈਂ ਵਾਪਸ ਆਉਣਾ ਉਹੀ ਪੁਆਇੰਟ 'ਤੇ ਕਿ ਦਿਲ ਦੀ ਗੱਲਾਂ, ਅਤੇ ਮੈਂ ਇਹੀ ਕਹਿਣਾ ਚਾਹੁੰਦਾ ਯਾਰ ਕਿ ਜਿੱਦਾਂ ਨਾ ਆਪਾਂ ਪਹਿਲਾਂ ਇੰਡੀਆ 'ਚ ਹੁੰਦੇ ਸੀਗੇ, ਕੁਛ ਮਤਲਬ ਕੋਈ ਕੰਮ ਹੀ ਨਹੀਂ ਕਰੀਦਾ ਸੀ, ਕੁਝ ਜ਼ਿਆਦਾ ਮਿਹਨਤ ਨਹੀਂ ਹੁੰਦੀ। ਆਪਾਂ ਬਸ ਸਹੀ ਸੋਚਣਾ ਯਾਰ 4 ਵਜੇ ਟਿਊਸ਼ਨ ਜਾਣਾ, ਕਿੱਦਾਂ ਜਾਣਾ ਯਾਰ, ਉਹ ਵੀ ਸਾਨੂੰ ਬੋਝ ਲੱਗਦਾ ਸੀ ਉਸ ਵੇਲੇ, ਠੀਕ ਹੈ, ਕਿ 4 ਵਜੇ ਟਿਊਸ਼ਨ ਨੂੰ ਜਾਣਾ, ਓਏ ਹੋਏ ਹੋਏ ਹੋਏ, ਕਈ ਵਾਰ ਟਿਊਸ਼ਨ ਜਾਣਾ ਆ, ਬਹਾਨੇ ਬੁਨੇ ਲਾ ਕੇ ਵਾਪਸ ਮੁੜ ਜਾਣਾ, ਠੀਕ ਹੈ। ਅਤੇ ਫਿਰ ਕਈ ਵਾਰ ਸੀਨ ਹੋਣੇ ਆ ਅਲੱਗ ਜੇ, ਜਿੱਦਾਂ ਕਿ ਆਪਾਂ ਕਹਿਣਾ ਯਾਰ ਇੱਧਰ ਕਰੀਏ, ਉਹ ਕਰੀਏ, ਇੱਦਾਂ ਕਰੀਏ, ਉਹ ਕਰੀਏ, ਰੋਟੀ ਪਾਣੀ ਮੰਮੀ ਨੇ ਦੇਈ ਜਾਣਾ ਆ, ਪੈਸੇ ਆਪਾਂ ਕਦੀ ਨਹੀਂ ਖਰਚਣ ਲੱਗੇ ਸੋਚਿਆ, ਹੈਂ ਬਾਪੂ ਕੋਲ ਜਾਣਾ, ਕਹਿਣਾ ਇੰਨੇ ਪੈਸੇ ਚਾਹੀਦੇ ਆਹ ਚੀਜ਼ ਲਈ, ਚਲੋ ਖਰਚ ਲਏ, ਇੰਨੇ ਚਾਹੀਦੀ ਆਹ ਚੀਜ਼, ਚਲੋ ਖਰਚ ਲਏ, ਜਦੋਂ ਵੀ ਵੱਧ ਵੀ ਪੈਸੇ ਲੈ ਕੇ ਜਾਣੇ, ਕਦੀ ਵਾਪਸ ਨਹੀਂ ਲੈ ਕੇ ਆਏ ਪੈਸੇ, ਕਦੀ ਨਹੀਂ ਵਾਪਸ ਕੀਤੇ ਕੋਈ ਪੈਸੇ, ਵੱਧ ਵੀ ਲੈ ਕੇ ਜਾਣੇ ਉਹ ਵੀ ਖਰਚ ਜਾਣੇ, ਬਸ ਇਹ ਹਿਸਾਬ ਹੁੰਦਾ ਹੈਗਾ। ਅਤੇ ਹੁਣ ਆਪਾਂ ਜੇ ਇੱਥੇ ਆ ਗਏ, ਇੰਨੇ ਬਦਲ ਗਏ ਨਾ, ਮਤਲਬ ਆਪਾਂ ਸਭ ਬਦਲ ਗਏ, ਮਤਲਬ ਮੈਂ ਨਹੀਂ ਕਹਿੰਦਾ ਕਿ ਆਪਾਂ ਸਾਰੇ ਕੀ ਕਹਿੰਦੇ ਆ ਉੱਦਾਂ ਦੇ ਅਜੀਬ ਬੰਦੇ ਹੋ ਗਏ ਆ, ਖਰਾਬ ਜਿਹੇ ਬੰਦੇ ਹੋ ਗਏ, ਉੱਦਾਂ ਦੇ ਨਹੀਂ, ਆਪਾਂ ਸਾਰੇ ਵਧੀਆ ਹੋ ਗਏ, ਪਰਸਨੈਲਿਟੀ ਸਾਡੀ ਡੈਵਲਪ ਹੋ ਗਈ ਹੈ, ਆਪਾਂ ਸਭ ਇੰਡੀਪੈਂਡੈਂਟ ਹੋ ਗਏ ਹਾਂ। ਪਹਿਲਾਂ ਆਪਾਂ ਘਰੇ ਹੁੰਦੇ ਸੀ, ਖਾਣ ਪੀਣ ਨੂੰ ਮੰਮੀ ਤੋਂ ਮਿਲੀ ਜਾਂਦਾ, ਪੈਸੇ ਖਰਚਣ ਨੂੰ ਪਾਪਾ ਤੋਂ ਮਿਲੀ ਜਾਂਦੇ ਆ, ਆਪਣਾ ਕੰਮ ਪੜ੍ਹਾਈ ਹੁੰਦਾ ਸੀਗਾ, ਉਹ ਵੀ ਆਈਲੈਟਸ ਤੋਂ ਬਾਅਦ ਆਪਾਂ ਜਿਹੜੇ 6-7 ਮਹੀਨੇ ਮੈਂ ਵਿਹਲੇ ਰਿਹਾ, ਉਹ ਵੀ ਨਹੀਂ ਕੀਤਾ, ਸਾਰਾ ਦਿਨ ਬਸ ਦੋਸਤਾਂ ਯਾਰਾਂ ਨਾਲ ਘੁੰਮੀ ਜਾਣਾ, ਖਾਈ ਪੀ ਜਾਣਾ, ਫੋਟੋਆਂ ਖਿੱਚੀ ਜਾਣੀਆਂ, ਇਹ ਕਰ ਲਓ, ਉਹ ਕਰ ਲਓ, ਠੀਕ ਆ ਜੀ, ਕਿਆ ਜ਼ਿੰਦਗੀ ਹੁੰਦੀ ਸੀ ਬਾਈ ਉਸ ਵੇਲੇ ਵੀ। ਅਤੇ ਇਹ ਵੀ ਜ਼ਿੰਦਗੀ ਵਧੀਆ, ਮੈਂ ਕੋਈ ਕੰਪਲੇਂਟ ਨਹੀਂ ਕਰ ਰਿਹਾ, ਮੈਂ ਵੈਸੇ ਕਹਿ ਰਿਹਾ ਕਿ ਹੁਣ ਆਪਾਂ ਬਹੁਤ ਮੈਚੋਰ ਜੇ ਹੋਣ ਲੱਗ ਪਏ ਹਾਂ ਥੋੜ੍ਹੇ ਟਾਈਮ ਦੇ ਨਾਲ ਨਾ। ਅਤੇ ਹੁਣ ਆਪਾਂ ਕੀ ਕਰੀਦਾ, ਹੁਣ ਆਪਾਂ ਸਾਰੇ ਕੰਮ ਕਰੀਦੇ ਆ, ਹੁਣ ਆਪਾਂ ਰੋਟੀ ਪਾਣੀ ਆਪ ਬਣਾਈ ਦੀ ਹੈ, ਮੰਮੀ ਵਾਲਾ ਰੋਲ ਆਪਾਂ ਆਪਣੇ ਨਿਭਾਈ ਦਾ, ਰੋਟੀ ਪਾਣੀ ਆਪ ਬਣਾ ਕੇ, ਠੀਕ ਹੈ, ਸਟੂਡੈਂਟ ਵਾਲਾ ਰੋਲ ਤਾਂ ਆਪਾਂ ਆਪਣਾ ਨਿਭਾਈ ਰਹੇ ਹਾਂ, ਆਪਣਾ ਖੁਦ ਦਾ ਪੜ੍ਹ ਪੁੜ ਕੇ, ਠੀਕ ਹੈ, ਪਾਪਾ ਵਾਲਾ ਰੋਲ ਵੀ ਨਿਭਾ ਰਹੇ ਹਾਂ ਆਪਾਂ, ਪੈਸੇ ਇਕੱਠੇ ਕਰਕੇ ਫੀਸਾਂ ਭਰਨ ਲਈ, ਅਤੇ ਆਪਾਂ ਹੁਣ ਸਾਰੀ ਜ਼ਿੰਮੇਵਾਰੀਆਂ ਆਪ ਨਿਭਾ ਰਹੇ ਹਾਂ। ਵਧੀਆ ਲੱਗਦਾ ਮੈਨੂੰ ਖੁਦ ਨੂੰ ਦੇਖ ਕੇ ਨਾ ਕਿ ਚਲੋ ਕੈਨੇਡਾ ਆ ਕੇ ਕੁਛ ਤਾਂ ਸਿੱਖਿਆ ਆਪਾਂ। ਅਤੇ ਹੁਣ ਇੱਥੇ ਦਾ ਇਹ ਹਿਸਾਬ ਆ ਬਾਈ ਕਿ ਜੇ ਤੁਸੀਂ ਕਮਾਓਗੇ ਤਾਂ ਤੁਸੀਂ ਖਰਚੋਗੇ, ਖਾਣਾ ਬਣਾਓਗੇ ਤਾਂ ਤੁਸੀਂ ਖਾਓਗੇ, ਪੜ੍ਹੋਗੇ ਤਾਂ ਪਾਸ ਹੋਵੋਗੇ, ਇੰਨਾ ਕੁਛ ਆਪਾਂ ਖੁਦ ਕਰੀਦਾ ਯਾਰ। ਅਤੇ ਮੈਂ ਜਦੋਂ ਇਹ ਸ਼ਹਿਰ ਆਇਆ ਸੀਗਾ ਨਾ, ਕੋਈ ਨਹੀਂ ਜਾਣਦਾ ਸੀ ਮੈਨੂੰ, ਆਇਆ ਸਕਾਰਪੁਰੂ ਸ਼ਹਿਰ 'ਚ ਜਾਂ ਟੋਰਾਂਟੋ ਕਹਿ ਲਓ, ਕੋਈ ਨਹੀਂ ਜਾਣਦਾ ਸੀਗਾ, ਕੁਛ ਨਹੀਂ ਸੀਗਾ, ਸਾਰਾ ਕੁਛ ਕਰਦੇ ਕਰਾਉਂਦੇ ਆਪ ਬਣਾਇਆ, ਜਿੰਨੇ ਬੰਦੇ ਜਾਣਦੇ ਆ, ਠੀਕ ਆ, ਇੰਨੇ ਕੰਟੈਕਟ ਆ, ਇੰਨੇ ਦੋਸਤ ਯਾਰ ਆ, ਇੰਨਾ ਕੁਛ ਹੈਗਾ ਆ, ਅੱਜ ਸਭ ਕੁਛ ਆਪਾਂ ਕਰੀ ਜਾਂਦੇ ਹਾਂ। ਅਤੇ ਵਧੀਆ ਲੱਗਦਾ ਯਾਰ ਸੋਚ ਕੇ ਨਾ ਕਿ ਆਪਾਂ ਕਿੱਥੇ ਸੀਗੇ, ਕਿੱਥੇ ਪਹੁੰਚ ਗਏ, ਕਦੀ ਇੰਡੀਆ ਵਿੱਚ ਸੋਚਿਆ ਸੀਗਾ ਕੈਨੇਡਾ ਜਾਵਾਂਗੇ, ਕਿਸਮਤ ਲਿਆ ਜੀ ਤਾਂ ਆਪਾਂ ਪਹੁੰਚ ਗਏ। ਅਤੇ ਬਾਕੀ ਦਾ ਇਹੀ ਗੱਲਾਂ ਕਰਦਾ ਮੈਂ ਕਿ ਆਪਣੀ ਪਰਸਨੈਲਿਟੀ ਬਹੁਤ ਡੈਵਲਪ ਹੋ ਗਈ, ਜੋ ਕਿਉਂਕਿ ਮੈਂ ਇੰਡੀਆ ਵਿੱਚ ਜਦੋਂ ਸੀਗਾ ਨਾ, ਮੇਰਾ ਇਹੀ ਸੀਗਾ ਰੂਲ ਕਿ ਮਤਲਬ ਮੈਂ ਕਿਸੇ ਵਾਧੂ ਬੰਦੇ ਨੂੰ ਮੂੰਹ ਲਾਉਂਦਾ ਹੀ ਨਹੀਂ ਸੀਗਾ, ਮੇਰਾ ਇਹ ਹਿਸਾਬ ਸੀਗਾ ਲਿਮਿਟਡ ਦੋਸਤ ਯਾਰ ਰੱਖਣੇ ਆ, ਲਿਮਿਟਡ ਜੇ ਬੰਦੇ ਰੱਖਣੇ ਆ ਜ਼ਿੰਦਗੀ ਵਿੱਚ, ਬਸ ਉਹਨਾਂ ਨਾਲ ਇੱਕਦਮ ਚੱਜ ਨਾਲ ਲਾ ਕੇ ਰੱਖਣੀ ਆ, ਜਿਹੜੇ ਯਾਰ ਬਣਾ ਲਏ ਬਸ ਜ਼ਿੰਦਗੀ ਭਰ ਲਈ ਯਾਰ ਆ, ਬਸ ਵਾਧੂ ਬੰਦੇ ਨੂੰ ਕਿਸੇ ਮੂੰਹ ਲਾਉਣਾ ਨਹੀਂ, ਮੇਰਾ ਇਹ ਹਿਸਾਬ ਹੁੰਦਾ ਸੀ। ਲੇਕਿਨ ਇੱਥੇ ਆਏ ਅਤੇ ਮੈਨੂੰ ਏਅਰਪੋਰਟ 'ਤੇ ਜੀਜੂ ਮੇਰੇ ਦਾਦੇ ਸੀਗੇ, ਕਹਿੰਦੇ ਇੱਥੇ ਇੱਦਾਂ ਦੀ ਜ਼ਿੰਦਗੀ ਨਿਕਲਦੀ ਆ, ਇਸ ਮੁਲਕ ਵਿੱਚ ਇਹ ਹਿਸਾਬ ਹੁੰਦਾ ਕਿ ਤੁਹਾਨੂੰ ਹਰ ਕਿਸੇ ਨਾਲ ਹੱਸ ਖੇਲ ਕੇ ਬਣਾਉਣਾ ਪੈਂਦਾ, ਕੋਈ ਕੰਮ ਤੁਹਾਡਾ ਹੁੰਦਾ। ਇੱਥੇ ਆਏ, ਇੱਥੇ ਆਪਾਂ ਆ ਕੇ ਸਿੱਖ ਗਏ ਗੱਲ ਗੱਲ 'ਤੇ, ਹੈਲੋ, ਥੈਂਕ ਯੂ, ਬਾਏ, ਸੋਰੀ, ਇਹ ਚੀਜ਼ਾਂ ਸਿੱਖ ਗਏ। ਕਦੇ ਇੰਡੀਆ 'ਚ ਕਦੀ ਨਹੀਂ ਬੋਲੀਆਂ ਆਪਾਂ ਥੈਂਕ ਯੂ ਸੋਰੀ, ਕਦੇ ਨਹੀਂ ਬੋਲੀ, ਠੀਕ ਆ ਜੀ, ਮਤਲਬ ਫੋਰਮੈਲਿਟੀ ਲਈ ਤਾਂ ਕਾਲਜ ਸਕੂਲ ਸਰ ਕੋਈ ਬੋਲਦਾ, ਪਰ ਉੱਦਾਂ ਦਿਲੋਂ ਕਦੀ ਨਹੀਂ ਬੋਲੀ। ਇੱਥੇ ਆਪਾਂ ਆਏ, ਆਪਾਂ ਸਿੱਖ ਗਏ, ਠੀਕ ਆ, ਕੋਈ ਅਨਨੋਨ ਬੰਦਾ ਤੁਰਿਆ ਇੱਥੇ, ਤੁਸੀਂ ਦੇਖੋਗੇ ਨਾ ਕੋਈ ਅਨਨੋਨ, ਤੁਸੀਂ ਜਿਹੜਾ ਤੁਸੀਂ ਅਨਨੋਨ ਆ, ਤੁਸੀਂ ਅੱਜ ਨਵੇਂ ਆ ਇੱਥੇ, ਤੁਸੀਂ ਤੁਰੇ ਆ ਸਵੇਰੇ ਸੜਕ 'ਤੇ, ਤੁਹਾਨੂੰ ਕੋਈ ਬੰਦਾ ਟੱਕਰਦਾ, ਤੁਸੀਂ ਉਹਦੀ ਅੱਖ 'ਚ ਅੱਖ ਪਾ ਕੇ ਦੇਖਦੇ ਹੋ, ਉਹ ਬੰਦੇ ਨੇ ਤੁਹਾਨੂੰ ਪੁੱਛਣਾ ਹੀ ਆ, ਹੈਲੋ, ਹਾਏ, ਗੁੱਡ ਮਾਰਨਿੰਗ, ਕੁਛ ਨਾ ਕੁਛ ਕਹੂਗਾ ਜੀ। ਇਹ ਚੀਜ਼ ਆਪਾਂ ਵੀ ਸਿੱਖ ਗਏ ਇੱਥੇ ਆ ਗਏ, ਪੇਸ਼ੈਂਸ ਸਾਡੇ ਵਿੱਚ ਆ ਗਿਆ ਬਾਈ, ਟੋਲਰੈਂਸ ਸਾਡੇ ਵਿੱਚ ਆ ਗਿਆ, ਕੋਆਪਰੇਸ਼ਨ ਕਰਨਾ ਸਾਡੇ ਵਿੱਚ ਆ ਗਿਆ, ਸਭ ਕੁਛ ਆਪਾਂ ਅਬਿਲਿਟੀ ਸਿੱਖ ਗਏ, ਕੰਮ ਕਾਰ ਆਪਾਂ ਨੂੰ ਸਾਰੇ ਕਰ ਲਈਦੇ ਆ, ਠੀਕ ਆ। ਪਹਿਲਾਂ
ਤੇ ਕੁੱਲ ਮਿਲਾ ਗੱਲ ਕਹਿੰਦੇ ਆਪਾਂ ਛੱਡਿਆ ਕੁਛ ਨਹੀਂ, ਬਹੁਤ ਕੁਛ ਸਿੱਖ ਲਿਆ ਯਾਰ ਇੱਥੇ ਆ ਕੇ। ਟਾਇਲਾਂ ਟੂਇਲਾਂ ਲਾਉਣੀਆਂ ਸਿੱਖ ਲਈਆਂ, ਪੇਂਟਿੰਗ ਕਰਨੀ ਸਿੱਖ ਲਈ ਸਪਰੇਅ ਦੇ ਨਾਲ, ਇਹਦੇ ਨਾਲ, ਉਹਦੇ ਨਾਲ, ਬਹੁਤ ਕੰਮ ਸਿੱਖ ਲਏ। ਕਦੀ ਕਿਸੇ ਕੰਮ ਨੂੰ ਆਪਾਂ ਹੁਣ ਨਾ ਨਹੀਂ ਕਹੀਦਾ, ਹੁਣ ਆਪਾਂ ਇਹੀ ਸੋਚੀਦਾ ਕਿ ਯਾਰ ਕੁਛ ਨਵਾਂ ਸਿੱਖਣ ਨੂੰ ਮਿਲੂਗਾ, ਹੱਥ ਵਿੱਚ ਕੋਈ ਕਲਾ ਆਊਗੀ, ਕਿਉਂਕਿ ਇੱਥੇ ਡਿਗਰੀਆਂ ਸਰਟੀਫਿਕੇਟ ਕਿਸੇ ਚੀਜ਼ ਦਾ ਮੁੱਲ ਨਹੀਂ ਹੈਗਾ, ਇੱਥੇ ਮੁੱਲ ਹੈਗਾ ਕੰਮ ਦਾ। ਅਗਲੇ ਤੁਹਾਡੇ ਤੋਂ ਕੰਮ ਕਰਾ ਕੇ ਦੇਖਦੇ, ਇੱਕ ਦਿਨ ਕੰਮ ਹੁੰਦਾ ਵਾ ਤਾਂ ਤੁਹਾਨੂੰ ਰੱਖ ਲੈਂਦੇ ਆ, ਇਹ ਹਿਸਾਬ ਆ। ਕੁੱਲ ਮਿਲਾ ਕੇ ਮੈਂ ਇਹੀ ਕਹਿੰਦਾ ਕਿ ਯਾਰ ਮਤਲਬ ਆਪਾਂ ਕਾਫੀ ਕੁਛ ਸਿੱਖ ਗਏ ਯਾਰ, ਕਦੀ ਸੋਚਿਆ ਨਹੀਂ ਸੀ ਇੰਡੀਆ ਵਿੱਚ ਮੈਂ ਕਦੇ ਇੱਦਾਂ ਦੀ ਪਰਸਨੈਲਿਟੀ ਵੀ ਬਣੂਗਾ। ਜਿੱਦਾਂ ਤੁਸੀਂ ਹੁਣ ਦੇਖਦੇ ਨਾ ਯੂਟਿਊਬ ਤੇ, ਮੈਂ ਐਗਜੈਕਟ ਸੇਮ ਚੀਜ਼ ਹਾਂ। ਇੱਦਾਂ ਨਹੀਂ ਹੈ ਕਿ ਮੈਂ ਕੈਮਰੇ ਮੇਰੇ ਕੁਛ ਹੋਰ ਹਾਂ ਅਤੇ ਰਿਐਲਿਟੀ ਵਿੱਚ ਕੁਛ ਹੋਰ ਹਾਂ। ਇੱਦਾਂ ਹੁੰਦਾ ਨਾ ਤੇ ਜਿਹੜੇ ਦੋ ਚਾਰ ਡਿਸਲਾਈਕ ਵੀ ਆਉਂਦੇ ਨੇ ਮੇਰੀ ਵੀਡੀਓ 'ਚ ਉਹ ਵੀ ਨਹੀਂ ਆਉਣੇ ਸੀਗੇ, ਉਹ ਇਸੇ ਕਰਕੇ ਆਉਂਦੇ ਕਿਉਂਕਿ ਕਈ ਬੰਦਿਆਂ ਨੂੰ ਪਰਸਨੈਲਿਟੀ ਵਧੀਆ ਲੱਗਦੀ, ਕਈਆਂ ਨੂੰ ਨਹੀਂ। ਮੈਂ ਬਸ ਇਹੀ ਕੋਸ਼ਿਸ਼ ਕਰਦਾ ਕਿ ਯਾਰ ਜੋ ਚੀਜ਼ ਮੈਂ ਮੇਰੇ ਨਾਲ ਮਾੜੀਆਂ ਹੋਈਆਂ, ਮੈਂ ਕੁਛ ਗਲਤ ਡਿਸੀਜਨ ਲਏ, ਉਹ ਸਭ ਤੁਹਾਡੇ ਨਾਲ ਤਾਂ ਸ਼ੇਅਰ ਕਰ ਦਿੰਦਾ ਕਿ ਤੁਸੀਂ ਕਦੀ ਉਹ ਚੀਜ਼ਾਂ ਨਾ ਕਰੋ। ਅਤੇ ਇਸ ਕਰਕੇ ਨਹੀਂ ਸ਼ੇਅਰ ਕਰਦਾ, ਕਿਸੇ ਨੂੰ ਚਾਹ ਨਹੀਂ ਹੁੰਦਾ ਬਈ ਆਪਣੀ ਬੇਵਕੂਫੀਆਂ ਯੂਟਿਊਬ 'ਤੇ ਦਿਖਾਉਣ ਦਾ ਕਿ ਮੈਂ ਇੱਦਾਂ ਇੱਦਾਂ ਕਰ ਲਿਆ, ਮੈਂ ਇੱਥੇ ਹੋ ਗਿਆ, ਇੱਥੇ ਧੱਕੇ ਖਾ ਲਏ। ਕਿਸੇ ਨੂੰ ਚਾਹ ਨਹੀਂ ਹੁੰਦਾ ਕਿ ਮੈਂ ਆਪਣੀ ਬੇਇੱਜ਼ਤੀ ਕਰਾਵਾਂ ਤੁਹਾਡੇ ਨਾਲ ਸ਼ੇਅਰ ਕਰਕੇ ਗੱਲ। ਹਰ ਕਿਸੇ ਨਾਲ ਔਖਾ ਸੌਖਾ ਹੁੰਦਾ, ਟਾਈਮ ਹਰ ਕਿਸੇ ਦਾ ਆਉਂਦਾ, ਪਰ ਕੋਈ ਸ਼ੋਅ ਨਹੀਂ ਕਰਦਾ। ਮੈਂ ਤੁਹਾਨੂੰ ਸ਼ੋਅ ਕਰਦਾ ਸਿਰਫ ਇਹੀ ਸੋਚ ਕੇ ਕਿ ਤੁਹਾਡੇ ਨਾਲ ਉਹ ਟਾਈਮ ਨਹੀਂ ਆਊਗਾ, ਤੁਸੀਂ ਉਹਨੂੰ ਸਕਿਪ ਕਰ ਜਾਓਗੇ, ਤੁਸੀਂ ਸਿੱਧੇ ਚੰਗਾ ਟਾਈਮ ਦੇਖੋਗੇ। ਬਾਕੀ ਵਧੀਆ ਯਾਰ, ਕਨੇਡਾ ਬੰਦੇ ਨੂੰ ਵਧੀਆ ਬਣਾ ਦਿੰਦਾ ਆ। ਆਪਾਂ ਇੱਥੇ ਸਟੈਮਿਨਾ ਵੀ ਸਾਡਾ ਬਹੁਤ ਜ਼ਿਆਦਾ ਹੋ ਗਿਆ। ਆਪਾਂ ਪਹਿਲਾਂ ਇੰਡੀਆ 'ਚ ਹੁੰਦੇ ਸੀਗੇ, ਦਿਨ 'ਚ 3-4 ਵਜੇ ਤਾਂ ਬਾਈ ਖਾ ਹੀ ਲਈਦਾ ਸੀਗਾ, 3-4 ਵਜੇ ਰੋਟੀ ਪਾਣੀ ਖਾ ਲੈਣਾ, ਲੰਘਦੇ ਵੜਦੇ ਦੋਸਤਾਂ ਯਾਰਾਂ ਨਾਲ, ਕਦੀ ਮੋਟਰਸਾਈਕਲ ਘੁਮਾਇਆ ਉੱਧਰ ਖਾ ਲਿਆ, ਕਦੀ ਇੱਧਰ ਖਾ ਲਿਆ, ਕਦੀ ਇੱਧਰ ਇਹ ਪੀ ਲਿਆ, ਲੰਘਦੇ ਵੜਦੇ ਆਉਂਦੇ, ਘਰ ਆਉਂਦੇ ਜਾਂਦੇ, ਖਾਂਦੇ ਪੀਂਦੇ ਰਹਿੰਦੇ ਹੈਗੇ। ਇੱਥੇ ਹੁਣ ਦਿਨ 'ਚ ਇੱਕ ਵਾਰ ਰੋਟੀ ਖਾਈ ਦੀ, ਚੱਜ ਨਾਲ ਰਾਤ ਨੂੰ ਸਾਰਿਆਂ ਨੇ ਰਲ ਕੇ ਬਣਾਉਂਦੇ ਖਾਂਦੇ ਹਾਂ, ਅਤੇ ਪੂਰੀ ਦਿਹਾੜੀ ਐਂ ਕੱਢ ਦੇ ਦੀ ਆ, ਭਾਵੇਂ ਕਾਲਜ ਹੋਵੇ ਲਾਉਣਾ, ਭਾਵੇਂ ਸ਼ਿਫਟ ਲਾਉਣੀ ਹੋਵੇ, ਉਹ ਤੋਂ ਇਲਾਵਾ ਚਾਹ ਕਾਫੀ ਪੀ ਕੇ ਕੱਢ ਲਈ ਦੀ ਆ। ਵਧੀਆ ਲੱਗਦਾ ਬਾਈ ਦੇਖ ਕੇ ਕਿ ਆਪਾਂ ਇੰਨੇ ਡਿਵੈਲਪ ਹੋ ਗਏ ਹਾਂ। ਮੈਂ ਸੋਚਦਾ ਕਿ ਅਗਰ ਆਪਣੇ ਕੱਲ੍ਹ ਨੂੰ ਘਰ ਦੇ ਇੱਥੇ ਆਉਣਾ, ਠੀਕ ਹੈ, ਅਤੇ ਆਪਾਂ ਫਿਰ ਮਤਲਬ ਉਹ ਦੇਖੂਗੀ ਕਹਿਣਾ ਕਿੰਨਾ ਇੰਡੀਪੈਂਡੈਂਟ ਹੋ ਗਿਆ ਯਾਰ, ਕਿਉਂਕਿ ਮੈਂ ਹੁਣ ਇੱਕ ਬੰਦੇ ਦੀ ਲੋੜ ਨਹੀਂ ਹੈਗੀ, ਲੋੜ ਤਾਂ ਆਪਦੇ ਸਾਰੇ ਹੁੰਦੇ ਜ਼ਿੰਦਗੀ। ਮੈਂ ਐਵੇਂ ਕਹਿ ਰਿਹਾ ਕਿ ਕੰਮ ਆਪਾਂ ਸਾਰੇ ਆਪਣੇ ਹੱਥੀਂ ਕਰ ਸਕਦੇ ਹਾਂ, ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਹੁਣ। ਅਤੇ ਇੱਕ ਗੱਲ ਮੈਂ ਹੋਰ ਦੱਸਦਾ ਬਾਈ, ਮੈਂ ਅਤੇ ਮੇਰਾ ਦੋਸਤ ਯਾਰ ਆਪਾਂ ਇੱਕ ਦਿਨ ਮਾਲ ਘੁੰਮ ਰਹੇ ਸੀਗੇ, ਆਪਾਂ ਬਾਥਰੂਮ ਵਗੈਰਾ ਵੜੇ ਮਾਲ, ਅਤੇ ਉੱਥੇ ਨਾ ਇੱਕ ਅੰਕਲ ਜੀ ਸੀਗੇ, ਜਿੱਦਾਂ ਆਪਣੇ ਪਿੰਡਾਂ 'ਚ ਨਹੀਂ ਹੁੰਦੇ ਬਾਪੂ ਆਪਣੇ, ਠੀਕ ਹੈ, ਬਾਪੂ ਦੀ ਉਮਰ ਦੇ, ਅਤੇ ਕੁੜਤਾ ਪਜਾਮਾ ਪਾਇਆ ਹੋਇਆ, ਪੱਗ ਬੰਨੀ ਹੋਆ, ਠੀਕ ਹੈ, ਧੋਲਿਆਂ ਲਈ ਦਾੜੀ ਹੈ ਅਤੇ ਨੋਕਾਂ ਲਈ ਜੁੱਤੀ ਆ। ਮੈਂ ਦੇਖਿਆ, ਮੈਂ ਕਿਹਾ ਅੰਕਲ ਇਹ ਲੱਗਦੇ ਤਾਂ ਹੈ ਨਹੀਂ ਬਾਈ ਕਨੇਡਾ ਦੇ, ਜ਼ਿਆਦਾ ਨਵੇਂ ਨਵੇਂ ਆਏ ਹੋਣੇ ਆ। ਅੰਕਲ ਇੱਕਦਮ ਅਜੀਬੇ ਤਰੀਕੇ ਨਾਲ ਦੇਖ ਰਿਹਾ ਕਿ ਇੱਥੇ ਦੇ ਬਾਥਰੂਮ ਕਿੱਦਾਂ ਦੇ, ਜਿੱਦਾਂ ਪਿੰਡ ਤੋਂ ਨਵੇਂ ਨਵੇਂ ਆਏ ਹੁੰਦੇ। ਮੈਂ ਦੋਸਤ ਯਾਰ ਨੂੰ ਇਹੀ ਕਿਹਾ, ਅਤੇ ਆਪਾਂ ਜਿੱਦਾਂ ਹੀ ਬਾੜਾ ਬਾਹਰੋਂ ਨਿਕਲੇ, ਪਿੱਛੋਂ ਮੁੰਡਾ ਆਉਂਦਾ ਪਿਆ, ਉਹਨਾਂ ਦਾ ਹੀ ਮੁੰਡਾ, ਠੀਕ ਆ, ਬੰਦਾ ਇੱਕਦਮ ਯੰਕੀ ਬਣਿਆ ਹੋਇਆ, ਅਤੇ ਮੁੜ ਕੇ ਬਾਹਰ ਦੇਖਿਆ ਤਾਂ ਉਹਨਾਂ ਦੀ ਮਾਤਾ ਵੀ ਬਾਹਰ ਬੈਠੀ ਆ, ਉਹ ਵੀ ਜਿੱਦਾਂ ਪਿੰਡ ਤੋਂ ਨਵੇਂ ਨਵੇਂ ਆਏ ਹੁੰਦੇ। ਫਿਰ ਸਾਨੂੰ ਪਤਾ ਲੱਗਿਆ ਕਿ ਮੁੰਡੇ ਨੇ ਪੱਕਾ ਹੋ ਗਿਆ ਮੁੰਡਾ, ਅਤੇ ਇੱਥੇ ਆਪਣੇ ਘਰਦਿਆਂ ਨੂੰ ਘੁਮਾਉਣ ਲੈ ਕੇ ਆਇਆ, ਅਤੇ ਉਹ ਚੀਜ਼ ਦੇਖ ਕੇ ਤਾਂ ਮੇਰਾ ਨਾ ਦਿਲ ਪਿਘਲ ਗਿਆ। ਮੈਂ ਕਿਹਾ ਯਾਰ ਇਹ ਦਿਨ ਆਪਾਂ ਵੀ ਦੇਖਣਾ ਆ ਕਿ ਆਪਾਂ ਜਿਸ ਦਿਨ ਪੱਕੇ ਹੋ ਗਏ ਘਰਦਿਆਂ ਨੂੰ ਆਪਾਂ ਘੁਮਾ ਰਹੇ ਹਾਂ ਇੱਥੇ, ਉਹ ਦਿਨ ਤਾਂ ਆਪਣੇ ਲਈ ਪ੍ਰਾਊਡ ਵਾਲਾ ਹੋਊਗਾ, ਲੱਗੂਗਾ ਕਿ ਆਪਾਂ ਜਿਹੜੀ ਮਿਹਨਤ ਕਰ ਰਹੇ ਨਾ ਸਫਲ ਹੋ ਗਏ ਹਾਂ, ਠੀਕ ਹੈ। ਪੀ ਆਰ ਆਪਾਂ ਆਪਣੇ ਲਈ ਨਹੀਂ ਲੈਂਦੇ, ਪੀ ਆਰ ਆਪਾਂ ਆਪਣੇ ਘਰਦਿਆਂ ਲਈ ਲੈਂਦੇ ਹਾਂ। ਆਪਾਂ ਕੀ ਕਰਨਾ ਬਾਈ ਪੀ ਆਰ ਹੋ ਕੇ, ਸਾਨੂੰ ਚਾਹ ਥੋੜ੍ਹੀ ਆ ਕੋਈ ਇੱਥੇ ਧੱਕੇ ਖਾਂਦਾ ਸਾਰੀ ਜ਼ਿੰਦਗੀ, ਪਰ ਜਦੋਂ ਘਰਦਿਆਂ ਨੇ ਜਿਹੜੀ ਮਿਹਨਤਾਂ ਕੀਤੀ ਜ਼ਿੰਦਗੀ ਪਰ ਆਪਾਂ ਉਹਦਾ ਮੁੱਲ ਪਾਵਾਂਗੇ ਨਾ, ਫੇਰ ਸਵਾਦ ਆਊਗਾ ਜਿਹੜੇ ਪੈਸੇ ਲਾ ਕੇ ਉਹਨਾਂ ਨੇ ਭੇਜੇ। ਅਤੇ ਬਸ ਯਾਰ ਥੋੜ੍ਹੀ ਜਿਹੀ ਦਿਲ ਦੀਆਂ ਗੱਲਾਂ ਕਰਨ ਦਿਲ ਕਰਦਾ ਸੀਗਾ ਕਿ 2 ਮਹੀਨੇ ਪਹਿਲਾਂ ਮੈਂ ਹੋਰ ਪਰਸਨੈਲਿਟੀ ਸੀਗਾ, ਅਤੇ ਆਹੀ 2 ਮਹੀਨੇ ਬਾਅਦ ਮੈਂ ਕਿੰਨਾ ਕੁਛ ਸਿੱਖ ਗਿਆ, ਕਿੰਨੇ ਚੇਂਜਿਸ ਆ ਗਏ, ਵਧੀਆ ਵਾਲੇ ਚੇਂਜਿਸ ਆਏ। ਰੱਬ ਦੀ ਮਿਹਰ ਨਾਲ ਕੋਈ ਮਾੜਾ ਬੰਦਾ ਨਹੀਂ ਟੱਕਰਿਆ ਅਤੇ ਕੋਈ ਮਾੜੇ ਚੀਜ਼ਾਂ ਨਹੀਂ ਆਪਾਂ ਸਿੱਖੀਆਂ। ਅਤੇ ਬਸ ਬਾਈ ਕਰਦੇ ਨੇ ਵੀਡੀਓ ਇੱਥੇ ਐਂਡ, 'ਤੇ ਜ਼ਿਆਦਾ ਲੰਬੀ ਨਹੀਂ ਖਿੱਚਦੇ ਹਾਂ ਵੀਡੀਓ, ਅਤੇ ਦਿਲ ਤੋਂ ਕੀਤੀ ਵੀਡੀਓ, ਕਦੀ ਕੁਛ ਇਹਦੇ ਬਾਰੇ ਸੋਚਿਆ ਨਹੀਂ ਮੈਂ, ਠੀਕ ਆ, ਕਦੀ ਸੋਚ ਕੇ ਮੈਂ ਵੀਡੀਓ ਨਹੀਂ ਬਣਾਉਂਦਾ, ਹਮੇਸ਼ਾ ਆਪਣੇ ਦਿਲ ਨਾਲ ਕਰਦਾ ਹਾਂ, ਤਾਂ ਹੀ ਕਈਆਂ ਨੂੰ ਮਾੜੀਆਂ ਲੱਗ ਜਾਂਦੀਆਂ, ਕਈਆਂ ਨੂੰ ਚੰਗੀਆਂ ਲੱਗ ਜਾਂਦੀਆਂ। ਅਤੇ ਕਰ ਦੀ ਵੀਡੀਓ ਨੂੰ ਫਿਰ ਸਪੋਰਟ ਪੂਰੀ ਪੂਰੀ, ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ, ਅਤੇ ਐਵੇਂ ਮਿਲਦੇ ਹਾਂ ਫਿਰ ਕਿਸੇ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਚੰਗਾ ਬਾਈ।